ਰਿਤੇ ਹਾਂਜੀ ਆ ਗੱਲ ਸੁਣ ਇਧਰ ਆ ਵੇ ਮੁੰਡੇ ਦੇ ਟੈਸਟ ਸਾਰਿਆਂ ਵਿੱਚ ਕਿੰਨੀਆਂ ਕਿੰਨੀਆਂ ਮਿਸਟੇਕ ਕਿੰਨੀਆਂ ਗਲਤੀਆਂ ਵਾ ਹੈ ਇਹਨੂੰ ਲੈ ਕੇ ਵਿਆਹ ਕਰਾਂ ਘੜੀ ਥੋੜ੍ਹਾ ਦੱਸਿਆ ਕਰ ਇਹਨੂੰ ਹਾਏ ਮੈਂ ਬਹਿਨੀ ਤਾਂ ਹੈਗੀ ਲੈ ਕੇ ਇਹਨੂੰ ਕੀ ਬੈਠੀ ਆ ਆਵੇ ਕਾਂਟਾ 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 ਸਾਰਾ ਲੈ ਕੀ ਤਾਂ ਹੈ ਵੀ ਅਜੇ ਛੋਟੀ ਕਲਾਸ 'ਚ ਆ ਹੌਲੀ ਹੌਲੀ ਆਪੇ ਸਿੱਖ ਜੂਗਾ ਅਕਸ਼ਰਾਂ ਦੀ ਪਛਾਣ ਤਾਂ ਹੋਣੀ ਚਾਹੀਦੀ ਆ ਫਾਈਟ 'ਚ ਚੱਲ ਕੋਈ ਨਹੀਂ ਵਿਆਹ ਕਰੂੰਗੀ ਮੇਰੀ ਗੱਲ ਸੁਣੋ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਂ ਅੱਜ ਕੁੜੀ ਨੂੰ ਨਾ ਮਿਲ ਆਵਾਂ ਮੇਰਾ ਬੜਾ ਜੀ ਕਰਨ ਦਿਆ ਉੱਦਾਂ ਵੀ ਪਿੰਡ ਗਿਆ ਨੂੰ ਕਿੰਨਾ ਟਾਈਮ ਹੋ ਗਿਆ ਵਾ ਗੋਡੇ ਗੋਡੇ ਦੁਪਹਿਰ ਚੜ੍ਹੀ ਜਾਵੇ ਕਿੰਨੀ ਗਰਮੀ ਆ ਪਰ ਫਿਰ ਵੀ ਜੇ ਤੂੰ ਜਾਣਾ ਹੀ ਆ ਤਾਂ ਮੈਂ ਚੱਲ ਜਾਂਦਾ ਵਾਂ ਨਾਲ ਤੈਨੂੰ ਨਾਲੇ ਮੈਂ ਵੀ ਛੱਡ ਆਊਂ ਤੈਨੂੰ ਪਰ ਇਹ ਹੈ ਨਾ ਕਿ ਬੱਚਿਆਂ ਨੇ ਸਕੂਲੋਂ ਆ ਜਾਣਾ ਅੱਜ ਤੁਸੀਂ ਘਰ ਹੋ ਤੇ ਤੁਹਾਡਾ ਕਰਕੇ ਤੇ ਮੈਂ ਕਹਿਣ ਨਹੀਂ ਹੋਵਾਂ ਬੱਚੇ ਘਰ ਆ ਗਏ ਤੇ ਬੀਜੀ ਕੋ ਤੇ ਨਾ ਉਹਨਾਂ ਨੂੰ ਰੋਟੀ ਬਣਾ ਕੇ ਦਿੱਤੀ ਜਾਣੀ ਆ ਤੇ ਨਾ ਵਰਦੀਆਂ ਚੇਂਜ ਕਰਨੀਆਂ ਇਦਾਂ ਹੀ ਤੁਰੇ ਫਿਰਨਾ ਉਹਨਾਂ ਨੇ ਸਾਡੇ ਦੋਵਾਂ 'ਚੋਂ ਇੱਕ ਜਣਾ ਕੋਈ ਘਰ ਹੋਊਗਾ ਨਾ ਤੇ ਮੈਨੂੰ ਪਿੱਛੇ ਚਿੰਤਾ ਨਾ ਹੋਊਗੀ ਤੇ ਨਾਲੇ ਉਹਨਾਂ ਦੇ ਆਉਣ ਤੱਕ ਮੈਂ ਖੜੇ ਆ ਹੀ ਜਾਵਾਂ ਇੰਨਾ ਟਾਈਮ ਵਾਸਤੇ ਥੋੜਾ ਜਾਣਾ ਮੈਂ ਇਹ ਵੀ ਗੱਲ ਹੈਗੀ ਆ ਮਾਤਾ ਕੋ ਧੋਣਾ ਨੀ ਕੋ ਸਬਜ਼ੀ ਸੁਬਜ਼ੀ ਬਣੀ ਆ ਚਲ ਕੋਈ ਗੱਲ ਨਹੀਂ ਇੱਕ ਦਿਨ ਚਾਹ ਨਾ ਪਰੌਂਠੀਆਂ ਦੇ ਦਿਓ ਖਾ ਲੈਣਗੇ ਚੱਲ ਠੀਕ ਆ ਵੇਖ ਲਾ ਫਿਰ ਆਹੋ ਕਿੱਥੇ ਜਾਣਾ ਕਿ ਦਊਗਾ ਤੂੰ ਮੈਂ ਬਸ ਹੁਣ ਚੱਲ ਜਾਣਾ ਤਿਆਰ ਹੋ ਕੇ ਕੱਪੜੇ ਪਾਉਣੇ ਆ ਤੇ ਮਿੰਟੋ ਮਿੰਟ ਹੀ ਚੱਲ ਠੀਕ ਆ ਟਾਈਮ ਨਾ ਆ ਜੀ ਹਾਂ ਗੱਲ ਸੁਣੋ ਪੈਸੇ ਦੇ ਦਿਓ ਮੈਨੂੰ ਥੋੜ੍ਹੇ ਜਿਹੇ ਕਿਰਾਏ ਵਾਸਤੇ ਨਾਲ ਕੁੜੀ ਲਈ ਲੈ ਜੂੰਗੀ ਕੋ ਮੇਰੇ ਵਾਸਤੇ ਆ ਚਿੱਲਰ ਹੀ ਹੁੰਦਾ ਵਾ ਪੰਜਾਹਾਂ ਪੰਜਾਹਾਂ ਦੇ ਦਹਾਂ ਦਹਾਂ ਦੇ ਕਿਉਂ ਆ 200 ਦੇ ਵੀ ਆ ਵਿੱਚ ਤੇ 1-200 ਰੁਪਈਆ ਕੁੜੀ ਲਈ ਕੋਈ ਫਰੂਟ ਨਹੀਂ ਖਾਣਾ ਕਿਰਾਇਆ ਨਹੀਂ ਦੇਣਾ ਉਹ ਠੀਕ ਆ ਟਾਈਮ ਨਾਲ ਮੋੜਾ ਵੀ ਨਾਲ ਲਿਆਣਿਆਂ ਦੇ ਆਹ ਮੋੜਾ ਨਹੀਂ ਉਹ ਕੋਈ ਗੱਲ ਨਹੀਂ ਆ ਜੂਗੀ ਆਪੇ ਮੋੜ ਉਹ ਮਾਤਾ ਨਾਲ ਮੈਂ ਕੀ ਜਾਣਾ ਮੁੜ ਕੇ ਬੱਚੇ ਆਏ ਨੇ ਸਕੂਲੋਂ ਉਹ ਉਹਨਾਂ ਨੂੰ ਵਰਦੀਆਂ ਵਰਦੀਆਂ ਲਾਉਣ ਜਾ ਉਹਨਾਂ ਨੇ ਉਹਨਾਂ ਦੇ ਕੱਪੜੇ ਦੇਣੇ ਆ ਰੋਟੀ ਪਾਣੀ ਦੇਣਾ ਵਾ 100 ਕੰਮ ਵਾ ਤੇ ਉਹਦੇ ਕੋਲ ਨਹੀਂ ਨਾ ਵਰਦੀ ਰੱਖਣੀ ਨਾ ਉਹਦੀ ਰੋਟੀ ਪਾਣੀ ਦਿੱਤਾ ਜਾਣਾ ਮੈਂ ਛੱਡ ਤੇ ਨਾ ਜਾ ਕੇ ਉਹੀ ਨਹੀਂ ਖੁਸ਼ ਹੋ ਜਿਹੜੀ ਗੱਲ ਵਾ ਸਭ ਮੈਂ ਜਾਣਦੀ ਹਾਂ ਉਹਦੀਆਂ ਗੱਲਾਂ ਜਦੋਂ ਫਿਰ ਤੂੰ ਜਾਣਦੀ ਆ ਫਿਰ ਕਿਉਂ ਇੱਦਾਂ ਦੀਆਂ ਗੱਲਾਂ ਕਰਦੀ ਆ ਮੈਨੂੰ ਇੰਨਾ ਚੰਗੀਆਂ ਲੱਗਦੀਆਂ ਮੈਨੂੰ ਉਹਦੀਆਂ ਚੰਗੀਆਂ ਲੱਗਦੀਆਂ ਹਾਏ ਹਾਏ ਅੱਜ ਤੇ ਭਾਅ ਜੀ ਵੀ ਘਰ ਆ ਇਹ ਕਿੱਥੇ ਨਿਕਲ ਗਈ ਪਰਸ ਪਾ ਕੇ ਇਹਨਾਂ ਨੇ ਨਹੀਂ ਮੇਰਾ ਘਰ ਦੇ ਕੰਮਾਂ 'ਚ ਮਨ ਲੱਗਣ ਦੇਣਾ ਨਾ ਮੈਂ ਹੁਣ ਪੁੱਛਣ ਜੋਗੀ ਹਾਂ ਦੱਸ ਕੀ ਕਰਾਂ ਬੋਲਦੀ ਹੁੰਦੀ ਆਵਾਜ਼ ਮਾਰ ਕੇ ਉਹਨੂੰ ਬੁਲਾ ਵੀ ਲੈਣਾ ਹੈ ਲੈ ਮਾਸੀ ਜੀ ਆ ਜਾਓ ਬਹਿ ਜਾਓ ਬੈਠੇ ਕੀ ਕਰਦੇ ਆਏ ਜੇ ਕੁਛ ਨਹੀਂ ਬੈਠੀ ਬੈਠੀ ਆ ਗਈ ਇਹਨੂੰ ਮਾਸੀ ਜੀ ਹਾਂ ਭਾਅ ਜੀ ਘਰੇ ਹੀ ਅੱਜ ਘਰੇ ਹੀ ਆ ਇਹ ਕਿੱਧਰ ਨਿਕਲ ਗਈ ਅੱਜ ਪਰਸ ਪਾ ਕੇ ਫੇਰ ਲੈ ਅੱਗੇ ਉਹ ਪੁੱਛਦੀ ਹੁੰਦੀ ਆ ਭਾਅ ਜੀ ਨੂੰ ਨਹੀਂ ਅੱਜ ਤੇ ਦੱਸ ਕੇ ਗਈ ਹੋਣੀ ਕਿੱਥੇ ਗਈ ਹੈ ਅੱਜ ਕੁੜੀ ਦੇ ਬਹਾਨੇ ਨਿਕਲ ਗਈ ਆ ਅੱਛਾ ਅੱਜ ਕੁੜੀ ਦਾ ਪੈ ਗਿਆ ਹੇਜ ਉਹਨੂੰ ਇਸੇ ਬਹਾਨੇ ਚਾਹੂੰਗੀ ਚੱਲ ਨਹੀਂ ਤੇ ਭਾਅ ਜੀ ਨਾਲ ਲੈ ਕੇ ਜਾਂਦੀ ਭਾਅ ਜੀ ਨੂੰ ਉਹ ਖੜਦੀ ਨਾਲ ਭਾਅ ਜੀ ਨਾਲ ਲੈ ਗਈ ਫਿਰ ਤੇ ਉਹਦਾ ਬਸ ਗਿਆ ਕੰਮ ਨਹੀਂ ਅੱਜ ਤੇ ਭਾਅ ਜੀ ਘਰੇ ਹੀ ਤੇ ਰੋਟੀ ਚੱਲ ਤੜਕੋ ਨਾ ਦਿੱਤੀ ਜਾਂਦੀ ਤੇ ਮੈਂ ਦੇ ਦਿੰਦੀ ਨਹੀਂ ਭਾਅ ਜੀ ਭੋਲਾ ਪੰਛੀ ਆ ਉਹਦੀਆਂ ਅੱਖਾਂ ਤੇ ਪੱਟੀ ਵੱਜੀ ਆ ਬਹਾਨੇ ਲੱਭਦੀ ਆ
ਬਹਾਨੇ ਹੁਣ ਧੀ ਦਾ ਕਾਹਦਾ ਮੋਹ ਜਾਗ ਆਇਆ ਇਹਨੂੰ ਹੈ ਜੋ ਦੇ ਹੀ ਦਿੱਤੀ ਜੇ ਏਡੀ ਹੇਜਲੀ ਸੀ ਤੇ ਇੱਥੇ ਰੱਖ ਦੀ ਹੈ ਆਪਣੇ ਨਹੀਂ ਨਾ ਲੱਛਣ ਛੱਡਣੇ ਉਹਨੂੰ ਛੱਡਣੇ ਉਹ ਵਿਚਾਰੇ ਨੂੰ ਨਹੀਂ ਕੋਈ ਪਤਾ ਆਹੋ ਤੇ ਨਾਲ ਜਾਂਦਾ ਅੱਜ ਘਰੇ ਇਹ ਚੀਜ਼ ਤਾਂ ਕੀ ਕਰਦੇ ਇਹ ਵੀ ਇਹ ਜਦੋਂ ਅੱਖਾਂ ਚੋਂ ਪੱਟੀ ਖੁੱਲੀ ਉਦੋਂ ਨੂੰ ਪਤਾ ਨਹੀਂ ਚਿੜੀਆਂ ਨੇ ਖੇਤ ਚੋ ਜਾਣਾ ਪਤਾ ਵੀ ਹੈਗਾ ਵਾ ਚੱਲ ਚਾਹ ਚੋ ਪੀਤੀ ਤੁਸੀਂ ਅਜੇ ਨਹੀਂ ਪੀਤੀ ਚੱਲ ਬਣਾ ਦਿੰਦੇ ਕੋਈ ਨਹੀਂ ਆ ਸਬਜ਼ੀ ਮੈਂ ਕਿਹਾ ਕੱਟ ਲਾਂ ਤੇ ਫੂੰ ਫੂੰ ਕਰਦੀ ਲਾਗੋ ਦੀ ਲੰਘ ਗਈ ਮੇਰੇ ਨਾਲ ਤੇ ਉਦਣ ਬੀਜੀ ਤਾਂ ਠਾਈ ਬੜਾ ਹੋਈ ਹੈ ਕਿ ਜੀ ਚੜੇ ਘੋੜੇ ਸਵਾਰ ਆ ਗਈ ਕਿੱਥੇ ਚੜੀ ਕਿੱਥੇ ਉਤਰੀ ਜੋ ਬੰਦੇ ਮਿਹਣੇ ਹੈਂ ਜੇ ਐਡੀ ਕੁੜੀ ਸਿਆਣੀ ਆ ਤਾਂ ਕੁੜੀ ਨੂੰ ਇੰਨਾ ਨਹੀਂ ਵੀ ਮੇਰੀ ਮਾਂ ਕਿਹਦੇ ਨਾਲ ਗੱਲਾਂ ਕਰਦੀ ਆ ਇੱਧਰ ਦੀ ਤੇ ਨਿੱਕੀ ਨਿੱਕੀ ਗੱਲ ਜਾ ਕੇ ਦੱਸੀ ਆ ਮੈਂ ਤਾਂ ਨਹੀਂ ਹੁਣ ਵੜਨ ਦੇਣੀ ਕੁੜੀ ਇੱਦਾਂ ਕੱਲ੍ਹ ਨੂੰ ਹੋਰ ਕੋਈ ਚੋਚਾ ਲਾ ਦੂ ਹੜਤੇ ਜਿੱਦਾਂ ਦੇ ਕੋਕੋ ਉੱਦਾਂ ਦੇ ਬੱਚੇ ਮੈਂ ਤਾਂ ਫਿਰ ਕਹਿਤਾ ਅੱਜ ਕੱਲ੍ਹ ਦੇ ਨਿਆਣੇ ਜਿਹੜੇ ਬੜੇ ਚੁਸਤਵਾ ਤੂੰ ਜਾਣਦੀ ਨਹੀਂ ਗੱਲਾਂ ਇਹੋ ਜਿਹੀਆਂ ਮੈਂ ਤਾਂ ਸਗੋਂ ਧੀਆਂ ਧਿਆਣੇ ਨਾ ਕਰਦੀ ਬੜਾ ਵੀ ਚੱਲ ਕੀ ਆ ਹੈ ਪਰ ਜਦੋਂ ਨਿਆਣੇ ਇੱਦਾਂ ਦੀਆਂ ਗੱਲਾਂ ਘਰ ਜਾ ਕੇ ਮਾਵਾਂ ਨਾਲ ਕਰਨਾ ਤਾਂ ਫਿਰ ਮੈਨੂੰ ਨਹੀਂ ਇੱਦਾਂ ਦੇ ਨਿਆਣੇ ਚੰਗੇ ਲੱਗਦੇ ਮਾੜੇ ਲੱਗਦੇ ਆ ਲੱਗਦੇ ਆ ਕਿ ਹੋਰ ਉਹ ਮੁੰਡਾ ਚੰਗਾ ਹੀ ਨਿੱਕਾ ਉਹ ਆਉਂਦਾ ਵੀ ਘੱਟ ਵਾ ਤੇ ਗੱਲ ਗੁੱਲ ਵੀ ਘੱਟ ਹੀ ਕਰਦਾ ਛੱਡ ਪਰ ਉਹ ਵੀ ਬੜਾ ਫਵੇ ਕੁੱਟਣਾ ਹੀ ਉਹ ਉਹਦੀਆਂ ਗੱਲਾਂ ਸੁਣੇ ਤੇ ਕਿਤੇ ਪਤਾ ਲੱਗ ਜੇ ਤੈਨੂੰ ਇਹ ਤੇ ਹੁਣ ਮਾਂ ਨੂੰ ਚਾਹੀਦਾ ਨਾ ਸਮਝਾਉਣਾ ਸਿੱਖਿਆ ਦੇਣੀ ਉਹ ਤੇ ਆ ਵਿਗੜੀ ਫਿਰਦੀ ਉਹਨੇ ਇਹਨਾਂ ਨੂੰ ਖੇ ਸਵਾ ਸਿੱਖਿਆ ਦੇਣੀ ਮਾਂ ਨਹੀਂ ਡੱਕਦੀ ਬੜੀ ਖਰਾਬ ਹੋ ਗਈ ਮੇਰੇ ਯਾਦ ਨੀ ਆਈ
ਸਭ ਠੀਕ ਆ। ਕੰਮ ਤੇ ਵੀ ਗਰਮੀ ਬੜੀ, ਇਹਨਾਂ ਨੂੰ ਬੁਖਾਰ ਬਖੂਰ ਚੜ੍ਹਦੇ ਰਹੇ ਵਿੱਚੋਂ। ਆਹ ਗਰਮੀ ਹੈ ਹੀ ਬਹੁਤ। ਫਿਰ ਜੇ ਸਿਹਤ ਠੀਕ ਹੋਈ ਤੇ ਅੱਜ ਗਏ ਆ। ਤੇ ਆਹ ਕੀ ਸੂਤੀ ਚੁੰਨੀ ਲੈ ਕੇ ਆਈ ਤੂੰ? ਹਜੇ ਆਪ ਹੀ ਲਿਆ ਕੇ ਆਈ ਆ। ਲਿਆਂਦੀ ਸੀ ਤੇ ਚੰਗਾ ਵਾ ਨਾ, ਪਿੰਡ ਹੀ ਆਉਣਾ ਸੀ ਚੱਲ। ਆਡੇ ਤੋਂ ਚੂਹ ਤੁਰੀ, ਮੈਂ ਮੂੰਹ ਬਲੇਟ ਕੇ ਸਿਰ ਤੇ ਲੈ ਕੇ ਆਇਆ। ਥੋੜਾ ਧੁੱਪ ਤੋਂ ਬਚੇ ਰਹੀਦਾ ਵਾ, ਓਦਾਂ ਤੇ ਮੂੰਹ ਨੂੰ ਸਾੜ ਹੀ ਬੜਾ ਪੈਂਦਾ ਵਾ। ਮੰਮੀ ਨੇ ਵੀ ਮੈਨੂੰ ਟੋਕਿਆ ਸੀ ਤੁਰਨ ਲੱਗਿਆ, ਕਹਿੰਦੇ ਤੂੰ ਸੂਟ ਕੋਈ ਚੁੰਨੀ ਕੋਈ। ਮੈਂ ਕਿਹਾ ਕੋਈ ਗੱਲ ਨੀ, ਮੈਂ ਚੁੰਨੀ ਕਾਟਨ ਦੀ ਲੈ ਕੇ ਜਾਂਦੀ ਹਾਂ। ਓਦਾਂ ਗਰਮੀ ਚ ਤੇ ਇਹੋ ਕੋਈ ਚੱਲਦਾ ਵਾ। ਹਾਂਜੀ, ਤੇ ਪਰ ਮੈਂ ਤੇ ਆਖਿਆ ਵੀ ਪ੍ਰੀਤ ਨੇ ਤੇ ਕਦੀ ਨਹੀਂ ਰੰਗ ਬਿਰੰਗਾ ਲੀੜਾ ਲਿਆ ਉੱਤੇ। ਰੰਗ ਬਿਰੰਗਾ ਤੇ ਨੀ, ਐਵੇਂ ਕੋਈ ਕਲਰ ਹੈਗਾ ਵਿੱਚ ਮਿਲਦੀ ਆ ਥੋੜੀ ਥੋੜੀ, ਬਾਕੀ ਚੱਲ ਕੋਈ ਗੱਲ ਨੀ, ਆਪਣੀ ਜਾਨ ਸੌਖੀ ਵੇਖਣੀ ਆ। ਆਹੋ ਇਹ ਤੇ ਹੈ ਹੀ ਆ। ਦੀਦੀ ਰੋਟੀ ਖਾਓਗੇ ਕੇ ਚਾਹ ਪੀਓਗੇ? ਨਹੀਂ ਭਾਬੀ ਜੀ, ਰੋਟੀ ਤੇ ਮੈਂ ਖਾ ਕੇ ਆਈ ਆ, ਚਾਹ ਬਣਾ ਲਓ ਤੇ ਛੇਤੀ ਬਣਾ ਲਓ, ਮੈਂ ਨਾ ਮੁੜ ਜਾਣਾ ਵਾ। ਐਡੀ ਹੁਣ ਐਡੀ ਕਾਹਦੀ ਛੇਤੀ, ਤੈਨੂੰ ਹੁਣੇ ਆਈ ਆ ਤੇ ਹੁਣੇ ਮੁੜ ਜਾਣਾ ਵਾ। ਤੁਹਾਨੂੰ ਤੇ ਪਤਾ ਹੀ ਆ, ਬੱਚੇ ਸਕੂਲੋਂ ਆਉਂਦੇ ਆ ਤੇ ਬੀਜੀ ਕੋਲ ਥੋੜੀ ਰੋਟੀ ਬਣਨੀ ਆ। ਚੱਲ ਕੋਈ ਗੱਲ ਨੀ, ਕਰਕੇ ਹੀ ਆਈ ਹਾਂ ਜੀ, ਸਾਮਾਨ ਚੱਲ ਜੀ। ਪ੍ਰੀਤ ਆਈ ਆ? ਹਾਂਜੀ ਬੀਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਸੁਣਾਓ? ਹਾਂ ਠੀਕ ਠਾਕ। ਹੁਣੇ ਆਈ ਜੀ? ਆਹ ਮੇਰਾ ਇਹਨੂੰ ਮਿਲਣ ਨੂੰ ਜੀ ਕਰਨ ਡਿਆ ਸੀ ਕਿੰਨੇ ਦਿਨਾਂ ਦਾ। ਅੱਛਾ, ਤੇ ਅੱਜ ਗਰਮੀ ਬੜੀ ਨਿਕਲਿਆ ਨਹੀਂ ਜਾਂਦਾ, ਮੈਂ ਅੱਜ ਮੈਂ ਹੋ ਕੇ ਹੀ ਆਉਣਾ। ਬਹੁਤ ਜ਼ਿਆਦਾ ਪ੍ਰੇਮ ਪੈ ਗਿਆ ਤੇਰੀ ਭਰਜਾਈ ਤੇਰੀ ਨਾਲ, ਬਹੁਤ ਜ਼ਿਆਦਾ ਕਰਦੀ ਉਹਨਾਂ। ਵੇਖਲਾ ਹੈ, ਚਲੋ ਮੇਰਾ ਤਾਂ ਆਪਣਾ ਖੂਨ ਆ, ਮੈਂ ਤੇ ਕਰਨਾ ਹੀ ਕਰਨਾ, ਤੇ ਵੇਖਲਾ ਉਹ ਕਿੰਨਾ ਕਰਦੀ, ਨਹੀਂ ਤੇ ਕੌਣ ਕਰਦਾ ਬਹੁ ਇੰਨਾ। ਹਨਾ ਚਲੋ ਕੋਈ ਗੱਲ ਨੀ, ਰਲ ਮਿਲ ਕੱਟੀ ਜਾਣੀ, ਟੈਨਸ਼ਨ ਨਾ ਕਿਸੇ ਗੱਲ ਦੀ। ਚੰਗਾ, ਤੂੰ ਹੋਰ ਭਾਈ ਦਾ ਕੰਮ ਠੀਕ ਚੱਲਦਾ ਨਾ? ਠੀਕ ਹੀ ਆ ਕੰਮ, ਤੁਹਾਨੂੰ ਪਤਾ ਹੀ ਦਿਹਾੜੀ ਦਾ ਪਈ ਆ, ਤੇ ਉਹ ਪਿਛੇ ਜੇ ਬਿਮਾਰ ਹੋ ਗਏ ਸੀ, ਬੁਖਾਰ ਚੜ੍ਹਦੇ ਰਹੇ ਕਿੰਨੇ ਦਿਨ, ਵਿੱਚ ਛੁੱਟੀਆਂ ਛਾਟੀਆਂ ਹੋ ਗਈਆਂ, ਜਿੰਨੇ ਕੁ ਕਮਾਏ ਉਨੇ ਕੁ ਉੱਤੇ ਲੱਗ ਗਏ। ਗੱਲ ਤੇ ਫਿਰ ਉੱਥੇ ਦੀ ਉੱਥੇ ਰਹਿ ਗਈ ਨਾ, ਖਰਚੇ ਤੁਹਾਨੂੰ ਪਤਾ ਕਿੰਨੇ ਆ, ਬੱਚੇ ਵੀ ਸਕੂਲੇ ਪੜ੍ਹਨ ਰਹੇ ਆ, ਮਾੜੇ ਗੁਣ ਵਿੱਚ ਵਿੱਚ ਰਹਿੰਦੇ ਆ। ਤੇ ਜਦੋਂ ਅਸੀਂ ਆਖਿਆ ਉਦੋਂ ਭਾਈ ਥੋੜੇ ਅਸੀਂ ਤੁਸੀਂ ਲਓ ਪੈਸੇ, ਤਾਂ ਥੋੜੇ ਅਸੀਂ ਲਾਉਂਦੇ ਤਾਂ ਬਾਹਰ ਚੱਲ ਜਾਓ, ਫਿਰ ਚਾਰ ਕੌਡੀਆਂ ਜੁੜ ਜਾਣਗੀਆਂ। ਹਾਏ ਵੀਰ ਜੀ, ਤੁਸੀਂ ਕੀ, ਮੈਂ ਆਪ ਇੰਨਾ ਕਹਿੰਦੀ ਰਹੀ ਹਾਂ ਪਰ ਬਾਹਰ ਅੰਦਰ ਦਾ ਤੇ ਨਾ ਹੀ ਨਹੀਂ ਲੈਂਦੇ। ਸੱਚ ਪੁੱਛੋ ਨਾ, ਉਹਨੇ ਸੁਣਦੇ ਉਹਨਾਂ ਦੀ ਪਿੱਠ ਸੁਣਦੀ। ਬੀਜੀ ਨੇ ਇੰਨਾ ਜ਼ੋਰ ਲਾਇਆ ਨਾ ਵੀ ਤੇਰੇ ਘਰ ਧੀਆਂ, ਇੱਥੇ ਥੋੜੇ ਥੋੜੇ ਇੱਕ ਕਿੱਲੀ ਕੋ ਤੇਰਾ ਕੁਛ ਨੀ ਹੋਣਾ, ਕੁਛ ਨੀ ਬਣਨਾ, ਤੂੰ ਬਾਹਰ ਅੰਦਰ ਮਾੜੇ ਮੋਟੇ ਮੁਲਕ ਦੁਬਈ ਵਰਗੇ ਚ ਚੱਲ ਜਾ, ਚੱਲ ਇਹਨਾਂ ਨੂੰ ਕੱਲ ਨੂੰ ਵਿਆਹਣਾ ਵੀ ਆ ਤਾਂ ਸੌਖੀਆਂ ਪੜ ਜਾਣਗੀਆਂ। ਕਹਿੰਦੇ ਵੀ ਘਰੋਂ ਨੀ ਜਾਣਾ ਮੈਂ, ਜੋ ਮਰਜ਼ੀ ਹੋ ਜੇ ਖਰੇ ਘਰ ਕੀ ਰੱਖਿਆ ਤੇ ਫਿਰ ਉੱਥੇ ਬੰਦਾ ਕੀ ਕਵੇ ਫਿਰ। ਇੱਥੇ ਮੈਂ ਨਾ ਜਿੰਨਾ ਕਿੱਲਾ ਜ਼ਮੀਨ ਨਹੀਂ ਹੈ ਉਹ ਮਜ਼ੇ ਕਰਨ ਡੇ ਬਾਹਰ ਦੁਬਈ ਦੁਬਈ ਚ, ਨਹੀਂ ਕੋਈ ਲੱਖ ਰੁਪਏ ਦੀ ਕਮਾਈ ਕਰਨ ਡੇ ਕਰ ਸਕਦੀ ਹੈ ਜੀ। ਮੇਰੀ ਤੇ ਜ਼ਿੰਦਗੀ ਕੀ ਆਂਦੇ ਹੁੰਦੇ, ਕਦੋਂ ਦੀ ਵਿਆਹੀ ਉਹ ਖੜੇ ਕੀਤੇ ਤੇਰਾ ਕੁੱਲਿਆਂ ਦੇ ਚ ਬਹਿਣ ਵਾਲੀ ਗੱਲ, ਨਾ ਪਲਸਤਰ ਨਾ ਪਲਸਤਰ, ਨਾ ਕੋਈ ਚੀਜ਼ ਰੱਖੀ ਸੋਹਣੀ ਲੱਗਦੀ ਆ ਤੇ ਨਾ ਕਿੰਨੀਆਂ ਮਹਿੰਗੀਆਂ ਪਰ ਸਮਝੇਗਾ ਨੀ ਬੰਦਾ ਫੇਰ ਹੀ ਆ। ਚਲੋ ਮੈਂ ਬਥੇਰੀਆਂ ਮੱਥੇ ਦੀਆਂ ਠੀਕਰੀਆਂ ਭਾਨੇ ਹੁੰਦੀ, ਮੈਂ ਕਹਿੰਦੀ ਹੁੰਦੀ ਜੋ ਕਰਨਾ ਨਾ ਕਰੋ। ਉਹ ਜਦ ਆਖਿਆ ਵੀ ਨਹੀਂ ਜਾਂਦਾ ਬੰਦੇ ਨੂੰ ਕੀ ਬੰਦਾ ਨਾ ਸਮਝੇ, ਬੰਦਾ ਆ ਵੀ ਸਮਝੇ ਫੇਰ ਹੀ ਆ। ਪ੍ਰੀਤ ਮੈਂ ਫੋਨ ਆਉਣ ਡਿਆ, ਵਾਈਬ੍ਰੇਸ਼ਨ ਲੱਗੀ ਲੱਗਦੀ। ਆ ਲਓ ਚਾਹ। ਤੂੰ ਪੀਣੀ ਆ ਚਾਹ?
ਚਾਹ ਨਹੀਂ ਪੀਣੀ ਇਹਨੇ, ਉਹ ਦੁੱਧ ਹੀ ਪੀਊਗੀ। ਦੁੱਧ ਗਰਮ ਕਰਕੇ ਦੇ ਕੁੜੀ ਚੰਗਾ। ਦੁੱਧ ਗਰਮ ਕੀਤਾ ਵਾ? ਅੱਛਾ ਪਿਆ ਲੈ। ਘਰ ਤੇ ਦੁੱਧ ਪੀਂਦੀ ਨਹੀਂ ਹੁੰਦੀ? ਨਹੀਂ, ਗਜਾ ਲਈ ਆਪਾਂ ਕੇ। ਅਸੀਂ ਗਜਾ ਲਿਆ ਦੁੱਧ ਪੀਣ, ਜਦੋਂ ਦੇਣੀ ਚਾਹ ਨਹੀਂ ਤੇ ਫਿਰ ਦੁੱਧ ਤੇ ਆਪੇ ਪੀਣਾ, ਆਪੇ ਪੀਣਾ ਪੈਣਾ। ਕਿਉਂ ਲੱਡੂ ਨਾ, ਫਿਰ ਜਦੋਂ ਅਗਲੀ ਵਾਰ ਨਾਉਣਾ ਵੇਖ ਲਈ ਤੂੰ ਪਛਾਣਨੀ ਨਹੀਂ ਕੁੜੀ ਕਿੱਡੀ ਵੱਡੀ ਕਰ ਦੇਣੀ ਆ। ਭਾਭੀ ਜੀ ਇੱਧਰ ਆਵਾਜ਼ ਮਾਰਦੀ, ਕੋਈ ਕੰਮ ਸੀਗਾ? ਹਾਂ ਪ੍ਰੀਤ, ਕੰਮ ਸੀਗਾ ਮੈਨੂੰ। ਕੀ? ਤੇਰੇ ਵੀਰ ਦੇ ਸਾਹਮਣੇ ਤੇ ਮੈਂ ਗੱਲ ਨਹੀਂ ਕੀਤੀ। ਗੱਲ ਇਹ ਆ ਕਿ ਤੇਰੀ ਸੱਸ ਦਾ ਮੈਨੂੰ ਫੋਨ ਆਇਆ ਸੀਗਾ। ਮੰਮੀ ਦਾ ਫੋਨ ਆਇਆ ਸੀ? ਕਿੱਦਣ? ਪਰਸੋਂ ਜੇ ਆਇਆ ਸੀਗਾ। ਅੱਛਾ। ਤੇ ਉਹ ਮੈਨੂੰ ਪੁੱਛਣ ਡਈ ਸੀਗੀ ਕਿ ਤੂੰ ਪ੍ਰੀਤ ਨੂੰ ਭਲਾ ਕੋਈ ਪੈਸਾ ਦੇ ਕੇ ਗਈ ਆ, ਤੇ ਮੈਂ ਤੇ ਉਹਨੂੰ ਸਿੱਧਾ ਸਿੱਧਾ ਹੀ ਕਹਿ ਦਿੱਤਾ ਵੀ ਨਹੀਂ ਮਾਸੀ ਜੀ, ਮੈਂ ਤੇ ਕੋਈ ਪੈਸਾ ਨਹੀਂ ਦੇ ਕੇ ਗਈ। ਤੇ ਗੱਲ ਕੀ ਆ, ਕੋਈ ਮਸਲਾ ਸੀ ਪੈਸੇ ਦਾ ਘਰ ਦੇ ਵਿੱਚ? ਨਹੀਂ, ਕਿਹਦੇ ਫੋਨ ਤੋਂ ਫੋਨ ਆਇਆ ਸੀ? ਉਹਨੇ ਦਵਿੰਦਰ ਦੇ ਫੋਨ ਤੋਂ ਫੋਨ ਕਰਾਇਆ ਸੀ। ਅੱਛਾ, ਇਹ ਗੱਲ ਆ। ਕੋਈ ਮਸਲਾ ਨਹੀਂ ਆ, ਉਹ ਨਾ ਮੈਂ ਕੋਈ 300-400 ਰੁਪਈਆ ਸੇਵਿੰਗ ਕੀਤੀ ਸੀ, ਤੇ ਦਵਾਈ ਲੈਣ ਗਈ ਰੁਪਈਆ 100-200 ਹੋਰ ਪਾ ਕੇ, ਤੇ ਕਾਟਨ ਦਾ ਇੱਕ ਸੂਟ ਲੈਣੀ ਆ, ਤੇ ਉਹੀ ਗੱਲ ਤੇ ਚੜਿਆ। ਮੈਨੂੰ ਪੁੱਛਦੀ ਸੀ ਵੀ ਤੇਰੇ ਕੋਲ ਪੈਸੇ ਕਿੱਥੋਂ ਆਏ, ਵੀ ਹੋਰ ਕਈ ਕੰਮ ਘਰ ਦੇ ਕਰਨ ਵਾਲੇ ਉਹ ਤੂੰ ਕਰਦੀ ਨਹੀਂ ਆ। ਹੁਣ ਤੈਨੂੰ ਵੀ ਪਤਾ ਬਾਹਰ ਅੰਦਰ ਜਾਣਾ ਵਾ, ਹੁਣ ਦੂਜੇ ਕੱਪੜੇ ਤੇ ਪਾਏ ਨਹੀਂ ਜਾਂਦੇ, ਕਾਟਨ ਦੇ ਸੂਟ ਹੀ ਪਾਵਾਂਗਾ ਇੰਨੀ ਗਰਮੀ ਤੋਂ ਪੈਣ ਡਈ ਆ। ਤੇ ਮੈਂ ਫਿਰ ਕਹਿਤਾ ਵੀ ਮੇਰੀ ਭਰਜਾਈ ਨੇ ਦਿੱਤਾ ਸੀ 500 ਰੁਪਈਆ, ਤੇ ਮੈਂ ਉਹ ਲਿਆ, ਤੇ ਵੇਖ ਲਓ ਤੇ ਤੁਸੀਂ ਆਂਦੇ ਚੰਗੀ ਬੜੀ। ਕਿੱਥੇ ਤੱਕ ਇਹਨੇ ਉਹਦੇ ਕੋਲ ਫੋਨ ਲਵਾਇਆ, ਜਿੱਦਾਂ ਮਰਜ਼ੀ ਹੈ ਤੇ ਸਾਡੇ ਸ਼ਰੀਕ ਨਹੀਂ ਆ ਨਾ, ਉਹਦੀਆਂ ਵੀ ਮੈਨੂੰ ਗੱਲਾਂ ਥੱਲੇ ਲਿਆਉਣ ਡਈ। ਅਗਲੀ ਨੇ ਕੱਲ ਨੂੰ ਕਹਿਣਾ ਵੀ ਭਰਜਾਈ ਦਿੰਦੀ ਜਾਂ ਨਹੀਂ ਦਿੰਦੀ, ਉਹਦੀ ਤੇ ਅੱਗੇ ਗੇਟ ਚ ਪਾਣਵਾ। ਹਾਂ ਗੱਲ ਤੇ ਤੇਰੀ ਪ੍ਰੀਤ ਠੀਕ ਆ, ਪਰ ਮੈਂ ਤੇ ਤੈਨੂੰ ਇੱਕੋ ਗੱਲ ਹੀ ਆਖੂੰਗੀ ਵੀ ਤੂੰ ਆ ਧੀਆਂ ਦੀ ਮਾਂ, ਚਾਹੇ ਅਸੀਂ ਤੇਰੀ ਕੁੜੀ 7 ਵਾਰਾਂ ਲਈ ਆ, ਪਰ ਉਹ ਰਹਿਣੀ ਤੇਰੀ ਆ। ਤੂੰ ਜੋ ਵੀ ਕਦਮ ਚੁੱਕਣਾ ਨਾ ਸੋਚ ਸਮਝ ਕੇ ਚੁੱਕੀ, ਕਿਤੇ ਸਾਡੀ ਇੱਜ਼ਤ ਤੇ ਨਾ ਕਿਤੇ ਬਦਨਾਮੀ ਆਵੇ। ਲੈ ਹਾਂ ਭਾਬੀ ਜੀ, ਜਦੋਂ ਮੇਰੀ ਕੁਆਰੀ ਹੁੰਦੀ ਸੀ ਤੁਹਾਨੂੰ ਕੋਈ ਏਦਾਂ ਦੀ ਸ਼ਿਕਾਇਤ ਆਈ, ਤੇ ਹੁਣ ਇਹ ਉਮਰੇ ਵਿਆਹ ਕਰਾ ਕੇ ਮੈਂ ਧੀਆਂ ਦੀ ਮਾਂ ਬਣ ਕੇ ਏਦਾਂ ਦੀ ਕਿਹ ਖਾਣੀ ਆ? ਮੰਮੀ ਤੂੰ ਤਾਂ ਉਦਾਂ ਹੀ ਪਤਾ ਨੀ ਕੀ ਵਹਿਮ ਹੋ ਗਿਆ, ਮੇਰੀ ਇੱਕ ਇੱਕ ਕੰਮ ਦੇ ਪਿੱਛੇ ਪੂਰੀ ਸੂਹ ਰੱਖਦੀ ਆ, ਉਦਾਂ ਇਹਦੇ ਗੋਡੇ ਤੁਰਦੇ ਨਹੀਂ ਆ। ਤੇ ਬਗਾਨੇ ਘਰੋਂ ਫੋਨ ਵੇਖ ਲਓ ਕਿੱਥੇ ਲਵਾਇਆ ਇਹਨੇ, ਦੱਸ ਇਹਨੂੰ ਨੀ ਪਤਾ ਕੱਲ ਨੂੰ ਮੈਂ ਪਿੰਡ ਜਾਊਂਗੀ ਤੇ ਮੇਰੀ ਭਰਜਾਈ ਮੈਨੂੰ ਨਾ ਕੋਈ ਪੁੱਛੂਗੀ? ਮੇਰੇ ਦਿਲ 'ਚ ਇੱਦਾਂ ਦੀ ਕੋਈ ਗੱਲ ਨਹੀਂ ਆ, ਬਾਕੀ ਮੈਨੂੰ ਤੇਰੇ ਤੇ ਯਕੀਨ ਆ। ਜੀ ਮੈਨੂੰ ਵੀ ਪਤਾ ਵਾ ਕੋਈ ਗੱਲ ਨਹੀਂ, ਪਰ ਇਦਾਂ ਸੁਣ ਕੇ ਕਿੰਨਾ ਗੁੱਸਾ ਆਉਂਦਾ ਵਾ। ਜੇ ਮੈਂ ਉਹੋ ਜਿਹੀ ਹੁੰਦੀ ਨਾ ਤੇ ਮੈਂ ਉਸੇ ਵੇਲੇ ਤੇਰੇ ਭਰਾ ਨਾਲ ਗੱਲ ਕਰਦੀ। ਮੈਂ ਇੱਥੋਂ ਤੱਕ ਕਿ ਉਦਣ ਵੀ ਮੈਂ ਗਈ ਸੀ ਨਾ ਤੇ ਉਹ ਵੀ ਗੱਲ ਨਹੀਂ ਉਹਦੇ ਕੰਨਾਂ 'ਚ ਪੈਣ ਦਿੱਤੀ, ਤੇ ਗਾਂ ਤੂੰ ਖਿਆਲ ਰੱਖੀ ਮੈਂ ਕਿੰਨਾ ਕੁ ਚਿਰ ਇਹ ਢੱਕਣ ਢੱਕੂੰਗੀ। ਬੋਲੋ ਭਾਬੀ ਜੀ, ਇਹ ਤੇ ਤੁਹਾਡਾ ਵੱਡਾ ਪਾਣੀ ਹੈ, ਪਰ ਢੱਕਣ ਢੱਕਣ ਵਾਲੀ ਕੋਈ ਗੱਲ ਨਹੀਂ, ਜੋ ਕੁਛ ਵੀ ਹੈਗਾ ਤੁਹਾਡੇ ਸਾਹਮਣੇ ਆ, ਵਹਿਮ ਦਾ ਕੋਈ ਇਲਾਜ ਨਹੀਂ ਹੈਗਾ, ਤੇ ਬਾਕੀ ਇਹ ਕੁਛ ਵੀ ਕਹਿੰਦੇ ਰਹਿਣ ਮੈਨੂੰ ਕੋਈ ਪਰਵਾਹ ਨਹੀਂ ਜਦੋਂ ਮੈਂ ਸਹੀ ਹਾਂ। ਚੱਲ ਠੀਕ ਆ ਫਿਰ। ਮੈਂ ਵੀ ਆਖਾਂ ਪਤਾ ਨਹੀਂ ਕੀ ਗੱਲ ਤੈਨੂੰ ਡਰਾ ਹੀ ਦਿੱਤਾ, ਤੇ ਮੈਂ ਹੁਣ ਜਾਵਾਂ ਪਤਾ ਕਿਉਂ, ਬੱਚਿਆਂ ਸਕੂਲੋਂ ਆ ਜਾਣਾ ਵਾ, ਕੁੜੀ ਨੇ ਤਾਂ ਮੈਨੂੰ ਅੱਖ ਹੀ ਨਹੀਂ ਲਾਈ, ਉਹ ਨਹੀਂ ਹੁਣ ਮੇਰੀ ਹੁੰਦੀ, ਮੈਂ ਤਾਂ ਖਿਹੜਾ ਕਰਨਾ। ਮੇਰੀ ਗੱਲ ਸੁਣੋ। ਹਾਂ ਹਾਂ। ਇਹ ਤੇ ਕਾਲੀ ਬੜੀ ਆ ਵੀ ਮੈਂ ਚੱਲ ਜਾਣਾ ਨਿਆਣਿਆਂ ਨੇ ਸਕੂਲੋਂ ਆ ਜਾਣਾ ਵਾ, ਤੇ ਇਦਾਂ ਕਰੋ ਤੁਸੀਂ ਇਹਨੂੰ ਮੋੜ ਤੇ ਛੱਡ ਆਓ। ਮੈਂ ਰਹਿਣਾ ਨਹੀਂ ਆ। ਬੱਚੇ ਆ ਜਾਂਦੇ ਵੀਰ ਜੀ, ਤੇ ਮੰਮੀ ਕੋ ਕਿਹੜੀ ਰਸੋਈ ਦਾ ਕੰਮ ਹੁੰਦਾ, ਤੁਹਾਨੂੰ ਵੀ ਪਤਾ ਨਿੰਬੂ ਪਾਣੀ ਰੋਟੀ ਆਉਂਦੇ ਹੀ ਖਾਣੀ ਹੁੰਦੀ, ਕਿੰਨੇ ਕੰਮ ਹੁੰਦੇ ਆ। ਅੱਬਲ ਤੋਂ ਆਉਣਾ ਹੁੰਦਾ ਉਹਨਾਂ ਦੇ ਛੇਤੀ, ਚਲੋ ਚਲੋ ਉਸ ਵੇਲੇ ਜਾ ਕੇ ਗਾਂ ਜਾਣੀ ਚਾਹੀਦੀ। ਹਾਂ ਉਦੋਂ ਹੀ ਆਉਂਗੀ ਜਦੋਂ ਨਿਆਣਿਆਂ ਨੂੰ ਅਗਲੇ ਦਿਨ ਛੁੱਟੀ ਹੋਊਗੀ। ਬੰਦਾ ਘੜੀ ਬਹਿੰਦਾ, ਗੱਲਾਂ ਬਾਤਾਂ ਮਾਰਾਂਗੇ ਮੈਂ। ਚੱਲ ਚੱਲ ਆਉਂਗੀ, ਇੱਕ ਦੋ ਦਿਨ ਰਹਿ ਕੇ ਜਾਊਂਗੀ ਫਿਰ। ਚੱਲ ਵੇਲਾ ਮੈਂ ਬੱਚਿਆਂ ਨੂੰ ਨਾਲ ਲਿਆਉਂਗੀ, ਫਿਰ ਮੇਰਾ ਧਿਆਨ ਨਹੀਂ ਹੁੰਦਾ। ਹੁਣ ਮੈਨੂੰ ਚੜਾਓ ਬਸੇ ਤੋਂ। ਚੱਲ ਠੀਕ, ਮੈਂ ਚੜਾਉਣਾ। ਚੱਲ ਆ ਫਿਰ। ਕਾਲੀ ਬੜੀ ਰਹਿੰਦੀ ਇਹਨੂੰ ਤੇ। ਇਦਾਂ ਰਹਿੰਦੀ ਇਹਨਾਂ ਦੀ। ਮੇਰਾ ਪਰਸ ਫੜ ਲਿਆਓ।